ਪਿਛਲੇ ਕਈ ਦਿਨਾਂ ਤੋਂ ਸਵਾਈਨ ਫਲੂ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਦੇ ਚਲਦਿਆਂ ਜਲੰਧਰ ਦੇ ਸਰਕਾਰੀ ਹਸਪਤਾਲ 'ਚ ਅੱਜ ਇੱਕ ਹੋਰ ਸਵਾਈਨ ਫਲੂ ਦੇ ਸ਼ੱਕੀ ਮਰੀਜ਼ ਦੀ ਮੌਤ ਹੋ ਗਈ ਹੈ। ਹਾਲਾਂਕਿ ਮਰੀਜ਼ਾਂ ਨੂੰ ਗੰਭੀਰਤਾ ਨਾਲ ਨਾ ਲਏ ਜਾਣ ਦਾ ਸਰਕਾਰੀ ਪ੍ਰਸ਼ਾਸਨ ਤੇ ਇਲਜ਼ਾਮ ਵੀ ਲੱਗ ਰਹੇ ਨੇ। ਕੀ ਇਹ ਪੂਰਾ ਮਾਮਲਾ, ਵੇਖੋ ਇਹ ਰਿਪੋਰਟ। ਜਲੰਧਰ ਦੇ ਵਿੱਚ ਸਵਾਈਨ ਫਲੂ ਦੇ ਨਾਲ 3 ਤੋਂ 4 ਮੌਤਾਂ ਹੋ ਚੁੱਕੀਆਂ ਨੇ ਅਤੇ ਅੱਜ ਸਵੇਰ ਵੀ ਸਵਾਈਨ ਫਲੂ ਦਾ ਕਹਿਰ ਬਣ ਕੇ ਉੱਭਰੀ ਹੈ ਅਤੇ ਅੱਜ ਇਸ ਵੇਲੇ ਅਸੀਂ ਜਲੰਧਰ ਦੇ ਸਿਵਲ ਹਸਪਤਾਲ 'ਚ ਖੜ੍ਹੇ ਹਾਂ, ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਬਾਡੀ ਜਿਹੜੀ ਆ ਸਵਾਈਨ ਫਲੂ ਦੇ ਕਾਰਨ ਜਿਹੜੀ ਆ ਮੌਤ ਹੋਈ ਆ ਇਹਨਾਂ ਦੀ। ਅਤੇ ਇਹ ਪਿਛਲੇ 3-4 ਦਿਨਾਂ ਤੋਂ ਸਿਵਲ ਹਸਪਤਾਲ ਜਲੰਧਰ ਦੇ ਵਿੱਚ ਦਾਖਲ ਸੀਗੇ ਤਾਂ, ਪਰ ਅੱਜ ਸਵੇਰੇ ਇਹਨਾਂ ਦੀ ਮੌਤ ਹੋ ਚੁੱਕੀ ਆ। ਸਵਾਈਨ ਫਲੂ ਦਾ ਕਹਿਰ ਜਿਹੜਾ ਆ ਲਗਾਤਾਰ ਬਰਕਰਾਰ ਹੈਗਾ। ਹਾਲਾਂਕਿ ਪੂਰੇ ਪੰਜਾਬ ਭਰ ਦੇ ਵਿੱਚ 50 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ ਅਤੇ ਜਲੰਧਰ ਦੇ ਵਿੱਚ ਇਹ 4th ਮੌਤ ਦੱਸੀ ਜਾ ਰਹੀ ਹੈ। ਕਈ ਕਮੀਆਂ ਵੀ ਸਿਵਲ ਹਸਪਤਾਲ ਡਾਕਟਰਾਂ ਦੀਆਂ ਰਹੀਆਂ ਨੇ, ਕਿਉਂਕਿ ਪਰਿਵਾਰ ਵਾਲਿਆਂ ਦਾ ਦੋਸ਼ ਹੈਗਾ ਕਿ ਪਿਛਲੇ 3 ਦਿਨਾਂ ਤੋਂ ਅਸੀਂ ਦਾਖਲ ਕਰਵਾਇਆ ਹੈ ਪਰ ਉਸ ਤਰੀਕੇ ਨਾਲ ਜਿਹੜੀ ਹੈ ਕੇਅਰ ਨਹੀਂ ਹੋਈ। ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਪਰਿਵਾਰਕ ਮੈਂਬਰਾਂ ਦੇ ਨਾਲ ਕਿ ਕੀ ਘਟਨਾ ਸੀਗੀ, ਕਿਉਂਕਿ ਇਹ ਜਿਹੜਾ ਮੌਸਮ ਹੈ ਠੰਡ ਦਾ ਮੌਸਮ, ਮੀਂਹ ਜਦੋਂ ਪੈਂਦਾ ਹੈ ਤਾਂ ਇਹ ਸਵਾਈਨ ਫਲੂ ਜਿਹੜਾ ਹੈਗਾ ਲਗਾਤਾਰ ਇਸਦਾ ਫਲੂ ਜਿਹੜਾ ਆ ਉਹ ਵੱਧਦਾ ਆ। ਅਤੇ ਹੁਣ ਇੱਕ ਵਾਰ ਫਿਰ ਤੋਂ ਜਲੰਧਰ ਦੇ ਵਿੱਚ ਸਵਾਈਨ ਫਲੂ ਦੇ ਕਾਰਨ ਇੱਕ ਮੌਤ ਜਿਹੜੀ ਹੈ ਹੋ ਚੁੱਕੀ ਹੈ। ਕਹਿੰਦੇ ਹੀ ਸਵਾਈਨ ਫਲੂ ਵੈਸੇ ਟੈਸਟਿੰਗ ਕੇ ਲਈ ਹਮਨੇ ਚੰਡੀਗੜ੍ਹ ਭੇਜਾ ਹੁਆ ਪਰ ਰਿਪੋਰਟ ਅਭੀ ਤੱਕ ਨਹੀਂ ਆਇਆ। ਹਾਂ ਅੱਛਾ, ਡਾਕਟਰਾਂ ਨੇ ਜਿਹੜਾ ਵਾ ਕਲੀਅਰ ਕੀਤਾ ਸੀਗਾ ਕਿ ਸਵਾਈਨ ਫਲੂ ਦੇ ਨਾਲ ਮੌਤ ਹੋਈ ਹੈ, ਤੁਹਾਨੂੰ ਮੈਡੀਸਿਨਸ ਵੀ ਦਿੱਤੀਆਂ ਨੇ। ਹਾਂਜੀ ਹਾਂਜੀ, ਕਲੀਅਰ ਕੀਤੀ ਹੈ ਪਰ ਐਕਚੁਅਲ 'ਚ ਰਿਪੋਰਟ ਨਹੀਂ, ਇਸ ਕਰਕੇ ਕਿਸੇ ਨੂੰ ਨਹੀਂ ਪਤਾ ਕਿ ਐਕਚੁਅਲ ਇਨਫੈਕਸ਼ਨ ਸੇ ਹੋਈ ਹੈ ਜਾਂ ਤਾਂ ਸਵਾਈਨ ਫਲੂ ਹੈ। ਕਦੋਂ ਦਾਖਲ ਕਰਵਾਇਆ ਸੀ? ਦਾਖਲ ਸਰ ਪਰਸੋਂ ਕਰਵਾਏ। ਹੋਸਪਿਟਲ ਵਾਲਿਆਂ ਨੇ ਕੇਅਰ ਪ੍ਰੋਪਰ ਕੀਤੀ ਸਰ? ਕੇਅਰ ਪਹਿਲੀ ਫਸਟ ਰਾਤੀ ਜਿਹੜਾ ਕਿਸੇ ਨੇ ਪੁੱਛਿਆ, ਮੈਂ ਇੱਕ ਮੈਡਮ ਨੂੰ ਕਿਹਾ ਇੱਥੇ ਰਿਸੈਪਸ਼ਨ 'ਤੇ ਕਿ ਤੁਸੀਂ ਇਹਨੂੰ ਕਹਿੰਦੇ ਭਈ ਇਹ ਤੁਹਾਡੇ ਕਹਿਣ 'ਤੇ ਮੈਂ ਐਸੀ ਨਹੀਂ ਇਲਾਜ ਕਰਨਾ, ਅਸੀਂ ਟਾਈਮ ਨਾਲ ਕਰਨਗੇ ਜਿੱਦਾਂ ਟਾਈਮ ਹੈ ਤੁਸੀਂ ਵਿਦਰ ਟਾਈਮ 'ਤੇ ਖਾਣਾ ਖਾਂਦੇ ਹੋ, ਇਸ ਤਰ੍ਹਾਂ ਪੁੱਛਦੇ ਹੈ। ਤਾਂ ਕੱਲ੍ਹ ਥੋੜ੍ਹਾ ਜਿਹਾ ਰੈਫਰੈਂਸ ਮਿਲੀ ਹੈ ਤਾਂ ਇਹਨਾਂ ਨੇ ਕੱਲ੍ਹ ਥੋੜ੍ਹਾ ਬਹੁਤ ਕੀਤੀ ਹੈ ਅਤੇ ਕਰ ਰਹੇ ਸੀ। ਅਤੇ ਅੱਜ ਮੋਰਨਿੰਗ ਸਵੇਰੇ 7:30-8 ਕੇ ਵਿੱਚ ਨਾ ਇਹਨਾਂ ਐਂਟੀਬੈਂਟੀਨੇਟ ਲੈਣ ਤੱਕ ਪਤਾ ਨਹੀਂ ਲੱਗਾ ਪਰ ਪਹਿਲੇ ਹੋ ਚੁੱਕੇ ਸੀ ਮੌਤ ਮੇਰੇ ਹਿਸਾਬ ਨਾਲ। ਟੋਬੀਆ ਸਾਡੇ ਕੋਲ ਦੋ ਕੁ ਦਿਨ ਪਹਿਲਾਂ ਆਇਆ ਸੀ, 9:30 ਰਾਤ ਨੂੰ। ਉਹਨੂੰ ਫੀਵਰ ਸੀ, ਕਫ ਸੀ, ਸਾਹ ਚੜ੍ਹਦਾ ਸੀ ਅਤੇ ਅਸੀਂ ਉਹਨਾਂ ਨੂੰ ਐਡਮਿਟ ਕਰ ਲਿਆ ਸੀ। ਬਾਕੀ ਉਹਦੀ ਜਿਹੜੀ ਆਕਸੀਜਨ ਦੀ ਸੈਚੂਰੇਸ਼ਨ ਬੜੀ ਘੱਟ ਸੀ ਅਤੇ ਆਪਾਂ ਉਹਦਾ ਸੈਂਪਲ ਲੈ ਕੇ ਵੈਂਟੀਲੇਟਰ 'ਤੇ ਪਾ ਦਿੱਤਾ ਸੀ ਸਸਪੈਕਟਡ ਸਵਾਈਨ ਫਲੂ ਕਰਕੇ। ਹਾਂਜੀ, ਅਜੇ ਤੱਕ ਉਹਦੀ ਰਿਪੋਰਟ ਨਹੀਂ ਆਈ, PGI ਸੈਂਪਲ ਭੇਜਿਆ ਹੋਇਆ, ਜਦੋਂ ਰਿਪੋਰਟ ਆਏਗੀ ਫਿਰ ਆਪਾਂ ਕਨਫਰਮ ਕਰ ਦਿਆਂਗੇ ਵੀ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪਹਿਲੇ 2 ਦਿਨ ਤਾਂ ਡਾਕਟਰਾਂ ਨੇ ਕੇਅਰ ਨਹੀਂ ਕੀਤੀ, ਦੇਖਿਆ ਹੀ ਨਹੀਂ ਕਿ ਬਿਮਾਰੀ ਕੀ ਹੈ। ਅੱਛਾ ਜੀ, ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਜਿੰਨੇ ਵੀ ਅਸੀਂ ਪੇਸ਼ੈਂਟ ਉਸ ਪਾਸੇ ਪਾਈਦੇ ਆ ਨਾ ਸਸਪੈਕਟਡ ਉੱਥੇ ਹੀ ਪਾਈਦੇ ਆ ਉਸ ਵਾਰਡ 'ਚ ਹੀ। ਜੇ ਆਪਾਂ ਕੇਅਰ ਨਾ ਕੀਤੀ ਹੁੰਦੀ ਤਾਂ ਆਪਾਂ ਕਿਸੇ ਹੋਰ ਵਾਰਡ 'ਚ ਪਾਉਣਾ ਸੀ ਜਾਂ ਐਮਰਜੈਂਸੀ 'ਚ ਪਾਉਣਾ ਸੀ, ਅਸੀਂ ਤਾਂ ਪਾਏ ਉਹਨੂੰ ਉਸੇ ਵਾਰਡ 'ਚ ਸਪੈਸ਼ਲੀ, ਉਹ ਸਪੈਸ਼ਲੀ ਵਾਰਡ ਸਾਡੀ ਬਣੀ ਇਸ ਕੰਮ ਲਈ। ਦੇਖੋ ਇਲਾਜ ਜਿਹੜਾ ਨਾ ਸਾਰੀਆਂ ਦਾ ਸਿਸਟਮੈਟਿਕਲੀ ਚੱਲਦਾ ਹੈ, ਆਕਸੀਜਨ ਲਾਤੀ, ਵੈਂਟੀਲੇਟਰ ਸਭ ਕੁਛ ਹੀ ਸੇਮ ਚੱਲਦਾ, ਨਾਲ ਇੱਕ ਮੈਡੀਸਨ ਆਪਾਂ ਪਾਈ ਦੀ ਹੈ ਸਪੈਸ਼ਲੀ, ਜਿਹੜੀ ਉਹ ਪਾਈ ਹੋਈ ਸੀ, ਉਹਨੂੰ ਸੈਂਪਲ ਲੈ ਕੇ ਨਾਲ ਹੀ ਸ਼ੁਰੂ ਕਰ ਦਿੱਤੀ ਸੀ ਉਹਦੀ। ਹਾਂਜੀ, ਹਾਂਜੀ ਸਾਡੇ ਕੋਲ ਮਸ਼ੀਨਾਂ ਵੀ ਨੇ, ਵੈਂਟੀਲੇਟਰ ਵੀ ਹੈਗੇ ਸਾਡੇ ਕੋਲ, ਮੈਡੀਸਨ ਵੀ ਹੈ, ਸਟਾਫ ਵੀ ਹੈ, ਸਾਰਾ ਕੁਝ ਬਹੁਤ ਵਧੀਆ ਕੰਮ ਚੱਲ ਰਿਹਾ, ਲੋਕ ਆ ਵੀ ਰਹੇ ਆ ਸਵਾਈਨ ਫਲੂ ਵਾਲੇ, ਲੋਕ ਹੁਣ OPD 'ਚ ਵੀ ਆਉਂਦੇ ਆ। ਠੀਕ ਹੈ ਜੀ। ਸੋ ਪਰਿਵਾਰਕ ਮੈਂਬਰਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਮੌਤ ਜਿਹੜੀ ਹੈ ਸਵਾਈਨ ਫਲੂ ਦੇ ਨਾਲ ਹੋਈ ਹੈ ਅਤੇ ਡਾਕਟਰਾਂ ਨੇ ਉਹਨਾਂ ਦੀ ਚੰਗੀ ਤਰ੍ਹਾਂ ਕੇਅਰ ਨਹੀਂ ਕੀਤੀ। ਅਤੇ ਜੇ ਡਾਕਟਰਾਂ ਦੀ ਮੰਨੀਏ ਤਾਂ ਡਾਕਟਰ ਹਲੇ ਇਹੀ ਕਲੀਅਰ ਨਹੀਂ ਕਰ ਰਹੇ ਕਿ ਇਹ ਮੌਤ ਜਿਹੜੀ ਆ ਸਵਾਈਨ ਫਲੂ ਦੇ ਨਾਲ ਹੋਈ ਹੈ ਜਾਂ ਫਿਰ ਨਹੀਂ। ਰਿਪੋਰਟਾਂ ਅਜੇ ਕਿਹਾ ਜਾ ਰਿਹਾ ਕਿ ਅਜੇ ਆਉਣਗੀਆਂ ਤਾਂ ਉਸ ਤੋਂ ਬਾਅਦ ਕਲੀਅਰ ਹੋਵੇਗਾ ਕਿ ਇਹ ਮੌਤ ਸਵਾਈਨ ਫਲੂ ਦੇ ਨਾਲ ਹੋਈ ਹੈ। ਸੋ ਹੁਣ ਕੁੱਲ ਮਿਲਾ ਕੇ ਗੱਲ ਇਹੀ ਹੈ ਕਿ ਜਿਹੜਾ ਸਵਾਈਨ ਫਲੂ ਆ ਪੰਜਾਬ ਭਰ ਦੇ ਵਿੱਚ ਆਪਣੇ ਫਲੂ ਨਾਲ ਲੋਕਾਂ ਨੂੰ ਜਕੜ ਰਿਹਾ ਹੈ, ਪੰਜਾਬ ਸਰਕਾਰ ਕਦੋਂ ਜਾਗੇਗੀ, ਹਸਪਤਾਲਾਂ ਦੇ ਵਿੱਚ ਕਦੋਂ ਉਹ ਚੀਜ਼ਾਂ ਮੁਹੱਈਆ ਕਰਵਾਏਗੀ ਜਿਨ੍ਹਾਂ ਚੀਜ਼ਾਂ ਦੇ ਨਾਲ ਸਵਾਈਨ ਫਲੂ ਦੇ ਨਾਲ ਨਜਿੱਠਿਆ ਜਾ ਸਕੇ, ਇਹ ਵੀ ਦੇਖਣ ਵਾਲੀ ਗੱਲ ਹੋਊਗੀ। ਕੈਮਰਾਮੈਨ ਰਵੀ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ TV, ਜਲੰਧਰ।